ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਰੀਦ ਵਰਕਸ ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ। ਮੈਂ ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਰਾਸ਼ੀ ਖੁਸ਼ੀ ਹੋਵੋਗੇ। ਅੱਜ ਆਪਾਂ ਗੱਲਬਾਤ ਕਰਨ ਲੱਗੇ ਹਾਂ ਜੋ ਆਪਾਂ ਨੂੰ ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਕਈ ਵਾਰੀ ਪ੍ਰੋਡਕਟਾਂ ਦੀ ਜਾਂ ਆਪਾਂ ਨੂੰ ਕਿਸੇ ਚੀਜ਼ ਦੀ ਸਮਾਨ ਦੀ ਜ਼ਰੂਰਤ ਹੁੰਦੀ ਹੈ, ਉਹ ਆਪਣੇ ਸਾਹਮਣੇ ਛੋਟੀਆਂ ਛੋਟੀਆਂ ਕੰਪਨੀਆਂ ਦੀਆਂ ਐਡਾਂ ਆਉਂਦੀਆਂ ਵੀ ਤੁਸੀਂ ਆਹ ਸਮਾਨ ਮੰਗਾਓ, ਤੁਹਾਨੂੰ ਆਹ ਰੇਟ ਦੇਵਾਂਗੇ, ਤੁਹਾਨੂੰ ਸਸਤਾ ਮਿਲੂਗਾ, ਸਮਾਨ ਵਧੀਆ ਹੋਊਗਾ। ਪਰ ਜਿਹੜੀਆਂ ਫੁੱਦੂ ਕੰਪਨੀਆਂ ਆਉਂਦੀਆਂ, ਨਿੱਕੀਆਂ ਮੋਟੀਆਂ ਕੰਪਨੀਆਂ ਆਉਂਦੀਆਂ, ਉਹ ਠੱਗੀ ਦਾ ਸ਼ਿਕਾਰ ਕੋਈ ਨਾ ਕੋਈ ਇਨਸਾਨ ਹੋ ਜਾਂਦਾ। ਉਹਦੇ ਵਾਸਤੇ ਆਪਾਂ ਗੱਲਬਾਤ ਕਰਨ ਲੱਗੇ ਹਾਂ। ਅੱਗੇ ਵੀਡੀਓ ਚੱਲ ਰਹੀ ਆ, ਉਹਦੇ ਵਿੱਚ ਤੁਸੀਂ ਵੇਖੋਗੇ ਕਿਸ ਕਿਸ ਤਰ੍ਹਾਂ ਠੱਗੀਆਂ ਦੇ ਸ਼ਿਕਾਰ ਲੋਕ ਹੋਏ ਨੇ। ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ, ਅਤੇ ਕੋਈ ਸਿਲੰਡਰ ਬੁੱਕ ਕਰਵਾਉਣ ਦੇ ਨਾਂ 'ਤੇ ਸਿਲੰਡਰ ਬੁੱਕ ਨਹੀਂ ਹੋਇਆ, LPG ਗੈਸ ਦਾ ਕੋਈ ਵੈਬਸਾਈਟ ਸੀ ਉਸ ਉੱਪਰ ਉਹਨੂੰ ਨੰਬਰ ਮਿਲਿਆ, ਤੁਸੀਂ ਇਸ ਨੰਬਰ 'ਤੇ ਸਿਲੰਡਰ ਬੁੱਕ ਕਰੋ। ਉਸ ਬਜ਼ੁਰਗ ਦਾ ਲੁਧਿਆਣੇ ਸ਼ਹਿਰ ਦਾ 11 ਲੱਖ ਰੁਪਈਆ ਖਾਤੇ ਦੇ ਵਿੱਚੋਂ ਜਾਣੀ ਕੱਟਿਆ ਗਿਆ, ਠੱਗੀ ਮਾਰੀ ਗਈ ਆ। ਅਤੇ ਇੱਕ ਕਲਿੱਪ ਅੱਗੇ ਹੋਰ ਲੱਗਿਆ ਵਾ, ਉਹ ਵੀ ਮਰੂਤੀ ਕਾਰਾਂ ਦੀ ਕੰਪਨੀ ਆ ਕੋਈ, ਉਹਦੇ ਵਿੱਚ ਵੀ ਠੱਗੀ ਦਾ ਸ਼ਿਕਾਰ ਕਿਸੇ ਬੰਦੇ ਨੇ, ਕਿਸੇ ਮਨੁੱਖ ਨੇ, ਆਦਮੀ ਨੇ ਹੋ ਜਾਣਾ ਸੀ, ਪਰ ਉਹ ਆਪਣੀ ਸੁੱਧ ਬੁੱਧ ਸੂਝ ਦੇ ਨਾਲ, ਸੁੱਧ ਬੁੱਧ ਦੇ ਨਾਲ ਬਚ ਗਿਆ। ਪਰ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੋ, ਬਚ ਕੇ ਰਹੋ। ਆਵੋ ਅੱਗੇ ਆਪਾਂ ਸਾਰੀਆਂ ਵੀਡੀਓ ਵੇਖਦੇ ਹਾਂ ਵਿੱਚ ਕਿਸ ਕਿਸ ਤਰ੍ਹਾਂ ਠੱਗੀ ਵੱਜੀ। ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ, ਜਦੋਂ ਬੁੱਕ ਕਰਾਇਆ ਸੀ ਉਸ ਤੋਂ 6-7 ਦਿਨ ਨਹੀਂ ਆਇਆ। ਇਹਨਾਂ ਦਾ ਸੀਨੀਅਰ 1906 ਨੰਬਰ ਹੈ, ਮੈਂ ਉੱਥੇ ਫੋਨ ਕੀਤਾ, ਡੈਡ ਆ ਰਿਹਾ ਸੀ ਫੋਨ, ਮਤਲਬ ਕਹਿੰਦੇ ਸਾਇਲੈਂਸ ਆ ਰਿਹਾ ਸੀ। ਉਸ ਤੋਂ ਬਾਅਦ ਉਹ ਜਦੋਂ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ LPG ਤੁਹਾਡੀ ਗੈਸ ਸਰਵਿਸ ਹੈਲਪਲਾਈਨ। ਮੈਂ ਉਹ ਨੰਬਰ ਦੱਬਿਆ, ਉੱਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੇ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ। ਮੈਂ ਉਹਨੂੰ ਦੱਸਿਆ ਕਿ ਇੱਦਾਂ ਦਾ ਮੇਰੀ ਨੂੰ ਕਹਿੰਦੇ ਆ ਗੈਸ ਨਹੀਂ ਆ ਰਹੀ। ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਉਣੀ ਪਏਗੀ, ਜਿਸ ਕਰਕੇ ਹੁਣ ਗੌਰਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ। ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ, ਮੇਰਾ ਸਾਰਾ ਹੀ ਬੈਂਕ ਦਾ ਕਹਿੰਦੇ ਟ੍ਰਾਂਜੈਕਸ਼ਨ ਘੁਮਾਉਣੀ ਸ਼ੁਰੂ ਕਰਤੀ। ਫੋਨ ਉਹਨੇ ਮੇਰਾ ਹੈਂਗ ਕਰ ਲਿਆ। ਮੈਂ ਫਿਰ ਇੱਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ, ਬੈਂਕ ਬੰਦ ਸੀਗਾ। ਬੈਂਕ ਦੇ ਇੱਕ ਇੰਪਲਾਈ ਨੂੰ ਮੈਂ ਫੋਨ ਕੀਤਾ ਤਾਂ ਮੈਨੇਜਰ ਉਸ ਵੇਲੇ ਉਹਨਾਂ ਨੇ ਰਾਤ ਨੂੰ ਫੋਨ ਬੈਂਕ ਖੋਲ੍ਹਿਆ ਆਪਣਾ, ਖੋਲ੍ਹ ਕੇ ਮੇਰਾ ਅਕਾਊਂਟ ਸੀਲ ਕਰਾਇਆ। 22 ਮੇਰੇ ਟ੍ਰਾਂਜੈਕਸ਼ਨ ਹੋ ਚੁੱਕੀਆਂ ਸੀ, 50,000 ਰੁਪਏ ਦੀਆਂ 22 ਟ੍ਰਾਂਜੈਕਸ਼ਨ ਅਲੱਗ ਅਲੱਗ ਸਿਟੀ ਦੇ ਵਿੱਚ ਹੋ ਗਈਆਂ, 11 ਲੱਖ ਰੁਪਈਆ ਮੇਰਾ ਨਿਕਲ ਚੁੱਕਾ। ਆਓ ਜੀ, ਜੀ ਆਇਆਂ ਨੂੰ ਫਰੀਦ ਵਰਕਸ ਚੈਨਲ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੋਸਤੋ ਇੱਕ ਤੁਹਾਨੂੰ ਚੀਜ਼ ਵਿਖਾਉਣ ਲੱਗੇ ਹਾਂ। ਅਸੀਂ ਔਨਲਾਈਨ ਜਾਣੀ ਦਿਵਿਆ ਜੋਤ ਮੰਗਾਈ ਸੀ, ਅਤੇ ਜੋ ਡਿਲੀਵਰੀ ਬੋਆਏ ਸਾਨੂੰ ਡਿਲੀਵਰੀ ਦੇਣ ਆਇਆ, ਅਸੀਂ ਉਹਨੂੰ ਇਹ ਚੀਜ਼ ਆਖੀ ਵੀ ਸਾਨੂੰ ਇਹ ਖੋਲ੍ਹ ਕੇ ਵਿਖਾ। ਉਹਨਾਂ ਦਾ ਤੁਸੀਂ ਖੋਲ੍ਹ ਨਹੀਂ ਸਕਦੇ ਕਿਉਂਕਿ ਜੇ ਖੁੱਲ੍ਹ ਗਈ ਤਾਂ ਇਹ ਵਾਪਸ ਨਹੀਂ ਹੁੰਦੀ, ਜੇ ਵਾਪਸ ਕਰਨੀ ਆ ਤਾਂ ਖੋਲ੍ਹੇ ਤੋਂ ਬਿਨਾਂ ਹੋਊਗੀ। ਅਸੀਂ ਦਿਵਿਆ ਜੋਤ ਮੰਗਾਈ ਆ, ਜਾਣੀ 1,000 ਰੁਪਏ ਦੀ ਆਈ ਆ। ਹੁਣ ਅਸੀਂ ਇਹਨੂੰ ਖੋਲ੍ਹਦੇ ਹਾਂ, ਇਹਦੇ ਵਿੱਚ ਵੇਖਦੇ ਹਾਂ ਕੀ ਕੁਛ ਉਹਨਾਂ ਨੇ ਭੇਜਿਆ। ਲਓ ਜੀ, ਦਿਵਿਆ ਜੋਤ ਦਾ ਬੋਕਸ ਖੁੱਲ੍ਹ ਚੁੱਕਾ। ਇਹ ਕੀ ਨਿਕਲਿਆ ਵਿੱਚੋਂ ਬਈ? LED ਬੱਲਬ। ਕਮਾਲ ਦੀ ਬੱਲਬ।
ਲਓ ਜੀ ਡੈਸ਼ ਵਾਸ਼ ਪਾਊਡਰ ਸ਼ਰਿਆਮ ਧੋਖਾਧੜੀ ਔਨਲਾਈਨ ਜਿਹੜੀ 1000 ਰੁਪਏ ਦਾ ਆਰਡਰ ਹੈ ਅਤੇ ਜਿਹਦੇ ਵਿੱਚੋਂ ਆ 100 ਰੁਪਏ ਦੀ ਚੀਜ਼ ਵੀ ਨਹੀਂ ਨਿਕਲੀ ਅਤੇ ਇਹ ਔਨਲਾਈਨ ਫਰੋਡ ਕਰਦੇ ਆ। ਧੋਖਾਧੜੀ ਤੋਂ ਬਚੋ, ਔਨਲਾਈਨ ਆਰਡਰ ਨਾ ਕਰੋ, ਜੇ ਕਰਨਾ ਤਾਂ ਚੰਗੀਆਂ ਵੈਬਸਾਈਟ 'ਤੇ ਜਾ ਕੇ ਕਰੋ, ਸਿੱਧਾ ਇਹਨਾਂ ਦੀ ਨਾ ਇੱਦਾਂ ਔਡਰ ਕਰੋ, ਦੁਕਾਨਾਂ ਤੋਂ ਸਮਾਨ ਖਰੀਦੋ, ਦੁਕਾਨਾਂ ਵਾਲਿਆਂ ਦਾ ਵੀ ਭਲਾ ਹੋ ਜਾਵੇ, ਤੁਹਾਡਾ ਵੀ ਭਲਾ ਹੋ ਜਾਵੇ, ਗਲਤ ਸਮਾਨ ਤੁਹਾਡੇ ਕੋਲ ਨਾ ਪਹੁੰਚੇ, ਪੈਸਿਆਂ ਦਾ ਫਰੋਡ ਨਾ ਹੋਵੇ। ਦੋਸਤੋ ਤੁਸੀਂ ਹੁਣ ਵੇਖ ਹੀ ਲਿਆ ਵੀ 1000 ਰੁਪਏ ਦੀ ਇਹ ਇਹਨਾਂ ਨੇ ਮੰਗਾਈ ਸੀ ਦਿਵਿਆ ਜੋਤ, ਅਤੇ ਪਰ ਇਹ ਫਰੋਡ ਹੀ ਹੋਇਆ, ਤੁਸੀਂ ਵੇਖ ਹੀ ਲਿਆ। ਪਰ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਾ ਕਰੋ, ਧੋਖੇ ਤੋਂ ਸਿਵਾ ਇਸ ਦੇ ਵਿੱਚ ਕੁਛ ਨਹੀਂ ਮਿਲਦਾ। ਜੇ ਮੰਨ ਕੇ ਚੱਲੋ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਆ, ਉਹ ਚੰਗੀਆਂ ਕੰਪਨੀਆਂ ਤੋਂ ਖਰੀਦੋ, ਜਾਂ ਉਹਨੂੰ ਨਕਦ ਦਾ ਕੈਸ਼ ਦੇ ਕੇ ਦੁਕਾਨ ਤੋਂ ਖਰੀਦੋ, ਜਾਂ ਕਿਸੇ ਸ਼ੋਰੂਮ ਤੋਂ ਖਰੀਦੋ, ਆਪਣੇ ਪੈਸੇ ਲੱਗੇ ਬੇਅਰਥ ਨਾ ਜਾਣ। ਅਤੇ ਨਵੀਂ ਨਵੀਂ ਕਿਸਮ ਦੀਆਂ ਠੱਗੀਆਂ ਵੱਜਦੀਆਂ, ਨਵੇਂ ਨਵੇਂ ਢੰਗ ਹੁੰਦੇ ਆ, ਇਹਨਾਂ ਚੀਜ਼ਾਂ ਤੋਂ ਬਚੋ। ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਏ ਐਵਰੀਵਨ, ਮੈਂ ਪ੍ਰਵੇਸ਼ ਨਈਅਰ ਬੋਲ ਰਹਾ ਹੂੰ ਨਿਊ ਦਿੱਲੀ ਮਾਲਵੀਆ ਨਗਰ ਸੇ। ਐਕਚੁਲੀ ਮੈਂ ਅਭੀ ਥੋੜੀ ਦੇਰ ਪਹਿਲੇ ਮੁਝੇ ਕਿ ਇਹ ਲੈਟਰ ਰਿਸੀਵ ਹੁਆ ਇਸ ਤਰੀਕੇ ਸੇ, ਇਸਮੇ ਮੇਰਾ ਮੋਬਾਈਲ ਨੰਬਰ ਐਂਡ ਐਵਰੀਥਿੰਗ ਹੈ। ਇਸਮੇ ਇਹ ਮੀਸ਼ੂ ਕੰਪਨੀ ਕਾ ਥਾ, ਮੀਸ਼ੂ ਕੰਪਨੀ ਸੇ ਮੈਨੇ ਬਾਤ ਕਰਤੀ, ਵੋ ਲੋਗ ਇਸ ਤਰੀਕੇ ਕਾ ਕੋਈ ਲੈਟਰ ਨਹੀਂ ਭੇਜ ਰਹੇ ਕਿਸੀ ਕੋ। ਔਰ ਇਹ ਇੱਕ ਸਕ੍ਰੈਚ ਕਾਰਡ ਇਹਨਾਂ ਨੇ ਭੇਜਾ ਥਾ, ਜਿਸਮੇ ਮਾਰੂਤੀ ਸਵਿਫਟ ਵਗੈਰਾ ਇਹਨਾਂ ਨੇ ਨਿਕਾਲੀ ਹੋਈ ਥੀ। ਖੈਰ ਮੁਝੇ ਸ਼ੁਰੂ ਸੇ ਹੀ ਫੀਲ ਹੋ ਰਹਾ ਥਾ ਕਿ ਇਹ ਸਕੈਮ ਹੈ, ਕਿਉਂਕਿ ਇਸਮੇ ਕਿਊ ਆਰ ਕੋਡ ਵੀ ਦੇ ਰੱਖਾ ਥਾ। ਇਸਕੋ ਸਕੈਨ ਕਰਤੇ ਹੀ ਆਪਕਾ ਜੋ ਹੈ ਵੋ ਐਪ ਜੋ ਹੈ ਵੋ ਉਸਕੋ ਹੈਕ ਕਰ ਲੇਗੀ, ਗੂਗਲ ਪੇ ਐਂਡ ਆਲ ਦੈਟ ਹੈਕ ਹੋ ਜਾਏਗੇ। ਪਲੀਜ਼ ਮਤ ਕੀਜੀਏਗਾ, ਮੈਨੇ ਵੀ ਨਹੀਂ ਕੀਆ। ਮੈਨੇ ਕੱਲ ਇਨਕੇ ਜੋ ਨੰਬਰ ਦੇ ਰੱਖੇ ਹੈ ਇਸਮੇ ਉਪਰ ਵਾਲੇ ਨੰਬਰ ਪੇ ਬਾਤ ਕਰੀ, ਇਹ ਬੰਦਾ ਪਹਿਲੇ ਤੋਂ ਮੇਰੇ ਸੇ ਆਰਾਮ ਸੇ ਬਾਤ ਕਰ ਰਹਾ ਥਾ, ਬਾਅਦ ਮੈਂ ਇਹ ਗਾਲੀ ਗਲੋਚ ਪੇ ਆ ਗਿਆ। ਤੋ ਪਲੀਜ਼ ਇਹ ਇਸ ਤਰੀਕੇ ਕਾ ਇਹ ਨਿਆ ਸਕੈਮ ਆਇਆ ਹੈ, ਇਸ ਤਰੀਕੇ ਕਾ ਲੈਟਰ ਆਪਕੋ ਭੇਜੇਂਗੇ ਜਿਸਪੇ ਅਰਜੈਂਟ ਲੈਟਰ ਲਿਖਾ ਹੁਆ ਹੋਤਾ ਹੈ, ਯੇ ਇਸਕੋ ਪਲੀਜ਼ ਸਪਰੈਡ ਕਰ ਦੀਜੀਏ। ਇਸ ਤਰੀਕੇ ਕੀ ਚੀਜ਼ੇ ਹੋ ਰਹੀ ਹੈ, ਕਿਸੀ ਵੀ ਤਰ੍ਹਾਂ ਸੇ ਆਪਕਾ ਅਕਾਊਂਟ ਖਾਲੀ ਕਰਨੇ ਕੇ ਨਏ ਨਏ ਤਰੀਕੇ ਹੈ। ਤੋ ਮੈਂ ਯਹੀ ਆਪਕੋ ਬੋਲੂੰਗਾ ਕਿ ਪਲੀਜ਼ ਇਸਕੋ ਬਿਲਕੁਲ ਵੀ ਸਕੈਨ ਮਤ ਕੀਜੀਏਗਾ, ਇਹ ਜੋ ਬਾਰ ਕੋਡ ਹੈ ਇਸੇ ਸਕੈਨ ਮਤ ਕੀਜੀਏਗਾ, ਨਹੀਂ ਤੋ ਆਪਕਾ ਅਕਾਊਂਟ ਖਾਲੀ ਹੋ ਜਾਏਗਾ, ਹੈਕ ਹੋ ਜਾਏਗਾ ਆਪਕਾ ਫੋਨ। ਪਲੀਜ਼ ਆਓ ਜੀ ਜੀ ਆਇਆਂ ਨੂੰ। ਪ੍ਰੀਤ ਵਰਕਸ ਚੈਨਲ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦੋਸਤੋ ਇੱਕ ਤੁਹਾਨੂੰ ਚੀਜ਼ ਵਿਖਾਉਣ ਲੱਗੇ ਹਾਂ, ਅਸੀਂ ਔਨਲਾਈਨ ਜਾਣੀ ਦਿਵਿਆ ਜੋਤ ਮੰਗਾਈ ਸੀ, ਅਤੇ ਜੋ ਡਿਲੀਵਰੀ ਬੁਆਏ ਸਾਨੂੰ ਡਿਲੀਵਰੀ ਦੇਣ ਆਇਆ, ਅਸੀਂ ਉਹਨੂੰ ਇਹ ਚੀਜ਼ ਆਖੀ ਵੀ ਸਾਨੂੰ ਇਹ ਖੋਲ੍ਹ ਕੇ ਵਿਖਾ, ਉਹਨਾਂ ਦਾ ਤੁਸੀਂ ਖੋਲ੍ਹ ਨਹੀਂ ਸਕਦੇ ਕਿਉਂਕਿ ਜੇ ਖੁੱਲ੍ਹ ਗਈ ਤਾਂ ਇਹ ਵਾਪਸ ਨਹੀਂ ਹੁੰਦੀ, ਜੇ ਵਾਪਸ ਕਰਨੀ ਆ ਤਾਂ ਖੋਲ੍ਹੇ ਤੋਂ ਬਿਨਾਂ ਹੋਊਗੀ। ਅਸੀਂ ਦਿਵਿਆ ਜੋਤ ਮੰਗਾਈ ਆ, ਜਾਣੀ 1000 ਰੁਪਏ ਦੀ ਆਈ ਆ, ਹੁਣ ਅਸੀਂ ਇਹਨੂੰ ਖੋਲ੍ਹਦੇ ਹਾਂ, ਇਹਦੇ ਵਿੱਚ ਵਿਹੜੇ ਕੀ ਕੁਛ ਉਹਨਾਂ ਨੇ ਭੇਜਿਆ। ਲਓ ਜੀ, ਦਿਵਿਆ ਜੋਤ ਦਾ ਬੋਕਸ ਖੁੱਲ੍ਹ ਚੁੱਕਾ, ਇਹ ਕੀ ਨਿਕਲਿਆ ਵਿੱਚੋਂ ਬਈ? LED ਬੱਲਬ। ਕਮਾਲ ਦੀ ਬੱਲਬ। ਲਓ ਜੀ ਡੈਸ਼ ਵਾਸ਼ ਪਾਊਡਰ
ਸ਼ਰਿਆਮ ਧੋਖਾਧੜੀ ਔਨਲਾਈਨ ਜਿਹੜੀ 1000 ਰੁਪਏ ਦਾ ਆਰਡਰ ਹੈ ਅਤੇ ਜਿਹਦੇ ਵਿੱਚੋਂ ਆ 100 ਰੁਪਏ ਦੀ ਚੀਜ਼ ਵੀ ਨਹੀਂ ਨਿਕਲੀ ਅਤੇ ਇਹ ਔਨਲਾਈਨ ਫਰੋਡ ਕਰਦੇ ਆ। ਧੋਖਾਧੜੀ ਤੋਂ ਬਚੋ, ਔਨਲਾਈਨ ਆਰਡਰ ਨਾ ਕਰੋ, ਜੇ ਕਰਨਾ ਤਾਂ ਚੰਗੀਆਂ ਵੈਬਸਾਈਟ 'ਤੇ ਜਾ ਕੇ ਕਰੋ, ਸਿੱਧਾ ਇਹਨਾਂ ਦੀ ਨਾ ਇੱਦਾਂ ਔਡਰ ਕਰੋ, ਦੁਕਾਨਾਂ ਤੋਂ ਸਮਾਨ ਖਰੀਦੋ, ਦੁਕਾਨਾਂ ਵਾਲਿਆਂ ਦਾ ਵੀ ਭਲਾ ਹੋ ਜਾਵੇ, ਤੁਹਾਡਾ ਵੀ ਭਲਾ ਹੋ ਜਾਵੇ, ਗਲਤ ਸਮਾਨ ਤੁਹਾਡੇ ਕੋਲ ਨਾ ਪਹੁੰਚੇ, ਪੈਸਿਆਂ ਦਾ ਫਰੋਡ ਨਾ ਹੋਵੇ, ਸਚੇਤ ਰਹੋ। ਦੋਸਤੋ ਤੁਸੀਂ ਹੁਣ ਵੇਖ ਹੀ ਲਿਆ ਜੋ ਆਪਣਾ 1000 ਰੁਪਏ ਦੀ ਇਹ ਨਾਮ ਬਰਬਾਦ ਇਹਨਾਂ ਨੇ ਮੰਗਾਈ ਸੀ, ਦਿਵਿਆ ਜੋ 500 ਰੁਪਏ ਦੀ, ਪਰ ਇਹ ਫਰੋਡ ਹੀ ਹੋਇਆ, ਤੁਸੀਂ ਵੇਖ ਹੀ ਲਿਆ। ਪਰ ਇਹਨਾਂ ਚੀਜ਼ਾਂ ਦੇ ਵਿਸ਼ਵਾਸ ਨਾ ਕਰੋ, ਧੋਖੇ ਤੋਂ ਸਿਵਾ ਇਸ ਦੇ ਵਿੱਚ ਕੁਛ ਨਹੀਂ ਮਿਲਦਾ। ਰਹਿਣ ਦੀ ਜੇ ਮੰਨ ਕੇ ਚੱਲੋ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਆ, ਉਹ ਚੰਗੀਆਂ ਕੰਪਨੀਆਂ ਤੋਂ ਖਰੀਦੋ, ਜਾਂ ਉਹਨੂੰ ਨਗਦ ਦਾ ਕੈਸ਼ ਦੇ ਕੇ ਦੁਕਾਨ ਤੋਂ ਖਰੀਦੋ, ਜਾਂ ਕਿਸੇ ਸ਼ੋਰੂਮ ਤੋਂ ਖਰੀਦੋ। ਆਪਣੇ ਪੈਸੇ ਲੱਗੇ ਬੇਅਰਥ ਨਾ ਜਾਣ, ਮਿਲਦੇ ਤੇ ਨਵੀਂ ਨਵੀਂ ਕਿਸਮ ਦੀਆਂ ਠੱਗੀਆਂ ਵੱਜਦੀਆਂ, ਟੌਪਿਕ ਦੇ ਨਾਲ ਨਵੇਂ ਨਵੇਂ ਢੰਗ ਹੁੰਦੇ ਆ। ਇਹਨਾਂ ਚੀਜ਼ਾਂ ਤੋਂ ਬਚੋ। ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।